बड़ी देर तो असी ढाक ला के बैठे सा कि असी बगले नूं फड़ने आ ते वेखने इहदे नाल की होया। अगर कोई परिंदे दा शौकीन दोस्त अगर वीडियो वेखण डिया ते वीडियो दे विच अपनी राय जरूर दियो ताकि इस बेज़बान नूं जिहड़ा है ना रेस्क्यू सही तरीके नाल जिस तरह कीता है ना उस तरह इहनूं ठीक करके तंदुरुस्त करके ते जी एक बगला जड़ा है ना एक जगह पर बैठा है तो साढ़े नज़दीक ही बैठा है तो है वह परेशान कि उन्होंने मसला बनया वे असी जनाब कोशिश करने कि फड़ीए तो फड़ के तो दिखाइए भी अगर वह कोई जख्मी है या उन्होंने कोई मसला है तो उन्होंने ठीक करिए तो बड़े तरीके को जाया जाना है। अगर वह जख्मी भी होया तो फिर भी उन्हें उठ जाना वे तो कोई ना कोई परेशानी जरूर लगती क्योंकि उन्होंने चलद्या वेख्या कि उहदी चाल दे विच जिहड़ी ना कुछ खराबी है उहदी उड़ान दे विच कुछ खराबी है तो देखने जनाब उस बगले नूं असीं फड़ने आ ते उह तुहानूं दिखाने जे फड़ कता ते जे ना फड़िया गया तो भाई फिर उहदे वास्ते माजरत। लेकिन अज दे विलाग दे विच असीं तुहानूं इस परिंदे दे हवाले दे नाल कोशिश करके जिहड़ी ना जरूर दिखावांगे ते चलने बड़े तरीके दे नाल जी। पकड़ लिया। लो जी पता नहीं इन्हू की होया बड़ी देर तो असी ढाक ला के बैठे सा कि असी बगले नू फड़ने आ ते वेखने इहदे नाल की होया। ओहो की गल शहजादे आ की गल हुई है पता नहीं इन्हू की हो गया या तो कुछ जख्मी है पता नहीं बेचारे नाल की मामला बनया पाने असीं इहनूं पिलाण डे आ कि थोड़ी सारी होश फड़े या तो इन्हें कोई जहरीली चीज़ खा ली अल्लाह बेहतर जानदा या किसी ने इहनूं कोई मारिया या किसी दूसरे परिंदे ने ते हमला कीता की मामला बनया सानूं इस गल दा नहीं पता। पानी भी बेचारा नहीं पीण डे चल पी पी है जी थोड़ा सारा मूँह खोलिया इन्हें शाबाश शाबाश पीला पानी पीला पीला चूंच खोल और पीला शहजादे आ पी पी आए हड्डी ओदी बोतल ही बुढ़ी ओदी बोतल ही पानी है चल पी पानी हुण देखो पानी पींदा या नहीं पींदा ते
ਹੁਣ ਪਤਾ ਨਹੀਂ ਕਿੱਥੇ ਵਿਚਾਰੇ ਨੂੰ ਕੋਈ ਚੋਟ ਲੱਗੀ ਹੈ, ਸਹੀ ਤਰੀਕੇ ਨਾਲ ਖੜਾ ਵੀ ਨਹੀਂ ਹੁੰਦਾ। ਅਤੇ ਇਹ ਥੋੜ੍ਹਾ ਸਾਰਾ ਬਲੱਡ ਵੇਖ ਲਿਓ ਲੱਗਾ ਹੈ, ਇਹ ਥੋੜ੍ਹਾ ਸਾਰਾ ਅੱਲਾ ਬਿਹਤਰ ਜਾਣਦਾ ਕੀ ਵਿਚਾਰੇ ਨਾਲ ਹੋਇਆ ਹੈ। ਖੁਲਾਇਆ ਸਾਨੂੰ ਨਾ ਘੱਟ, ਅਸੀਂ ਤੈਨੂੰ ਆਜ਼ਾਦ ਕਰ ਦੇਣਾ, ਤੈਨੂੰ ਅਸਾਂ ਰੱਖਣਾ ਨਹੀਂ। ਇਹ ਬੜਾ ਖੂਬਸੂਰਤ ਪਰਿੰਦਾ ਜੀ, ਆਹ ਦੇ ਜੀ, ਇਹ ਫੜ ਯਾਰ, ਵੇਖਾਂ ਇਹਨੂੰ ਕਿੱਥੇ ਚੋਟ ਲੱਗੀ ਹੈ। ਮੈਂ ਤਾਂ ਵੇਖ ਲਿਆ ਆਪਣੇ ਵੱਲੋਂ ਸਾਰਾ ਬਣ ਗਿਆ। ਹਾਂ, ਨਜ਼ਰ ਆਇਆ ਕੁਛ? ਪਾਪਾ ਮੈਨੂੰ ਤਾਂ ਲੱਗਦਾ ਇਸਕੀ ਇਹ ਜੋ ਟਾਂਗ ਹੈ ਨਾ, ਇਸ ਪਰ ਕੁਛ ਹੋਇਆ, ਇਹ ਵਾਲੀ ਟਾਂਗ ਪਰ। ਪਤਾ ਨਹੀਂ, ਹੁਣ ਨਜ਼ਰ ਤਾਂ ਨਹੀਂ ਅਸੀਂ ਘੁਆਉਣ ਲਈ ਦੀ। ਇਧਰ ਛੋੜੋ ਜ਼ਰਾ, ਇਸੇ ਇਧਰ ਛੋੜੋ, ਸ਼ਾਬਾਸ਼, ਯਹਾਂ ਛੋੜੋ ਜ਼ਰਾ, ਛੋੜੋ, ਇਸੇ ਭਗਾਓ ਜ਼ਰਾ, ਇੱਕਦਮ ਜਿਹੜਾ ਨਾ ਇਹ ਡਿੱਗ ਪੈਂਦਾ ਤਾਂ ਪਤਾ ਨਹੀਂ ਲੱਗਦਾ ਵਿਚਾਰੇ ਨਾਲ ਕੀ ਮਾਮਲਾ ਬਣਿਆ। ਇਹ ਦੇਖਣ ਡੇ ਉਹਨੂੰ ਹਾਦੀ ਜਿਹੜਾ ਨਾ ਉਠਾਉਣ ਡਿਆ ਕਿ ਆਪਣੇ ਪੈਰਾਂ 'ਤੇ ਬੈਠੇ, ਲੇਕਿਨ ਪੈਰਾਂ 'ਤੇ ਸਹੀ ਤਰ੍ਹਾਂ ਨਹੀਂ ਬਹਿ ਰਿਹਾ। ਉਹ ਸ਼ੇਰਾ ਉੱਡ ਗਿਆ, ਉੱਡ ਗਿਆ, ਉੱਡ ਗਿਆ, ਉੱਡ ਗਿਆ, ਉਹ ਚਲਾ ਗਿਆ ਜੀ, ਉਹ ਫਿਰ ਡਿੱਗ ਗਿਆ। ਪਤਾ ਨਹੀਂ ਕੀ ਮਾਮਲਾ ਵਿਚਾਰੇ ਨਾਲ ਬਣਨ ਡਿਆ। ਉੱਠ ਵੀ, ਉੱਠ ਉੱਠ, ਫੜ ਇਹਨੂੰ ਹਾਦੀ, ਲਿਆ ਇੱਧਰ, ਇੱਧਰ ਲਿਆ, ਖੁੱਲ੍ਹੀ ਜਗ੍ਹਾ 'ਚ ਲਿਆ ਆ, ਉਡਾ ਹਮਲਾ ਹਾਦੀ, ਫਿਰ ਲਗਾ ਜੂ ਉਡਾਣ। ਮੇਰਾ ਖਿਆਲ ਕਹਿੰਦਾ ਇਹਦੀ ਲੱਤ ਜਿਹੜੀ ਨਾ ਉਹ ਇੰਜਰਡ ਹੋਈ ਹੈ, ਇੱਕ ਲੱਤ 'ਤੇ ਜਿਹੜਾ ਨਾ ਭਾਰ ਨਹੀਂ ਪਾਉਣ ਡਿਆ, ਆਪਣੀ ਦਾਈ ਲੱਤ 'ਤੇ ਜਿਹੜਾ ਨਾ ਇੰਨੀ ਭਾਰ ਪਾਉਣ ਡਿਆ। ਹਾਦੀ ਉੱਪਰ ਕਰੋ ਜ਼ਰਾ, ਅਤੇ ਇਹ ਦੇਖ ਸਕਦੇ ਹੋ ਇਸ ਸਾਈਡ 'ਤੇ ਜਿਹੜੀ ਇੱਧਰ ਜਿਹੜੀ ਲੱਤ ਹੈ ਨਾ ਉਹ 'ਤੇ ਭਾਰ ਨਹੀਂ ਪਾਉਣ ਡਿਆ। ਚੱਲ ਵੀ ਚੱਲ ਛਦਾ ਦਿਆ, ਉੱਡ ਜਾ। ਪਾਪਾ ਇਸ ਕੇ ਸਰ ਪੇ ਵੀ ਬਲੱਡ ਹੈ। ਪਤਾ ਨਹੀਂ ਵਿਚਾਰੇ ਨੂੰ ਚੋਟ ਲੱਗੀ ਕਿੱਥੇ ਵੇ। ਲੱਤਾਂ ਵੀ ਠੀਕ ਨੇ ਦੇ, ਪੈਰ ਵੀ ਇਹਦੇ ਠੀਕ ਨੇ, ਪਰ ਵੀ ਇਹਦੇ ਸਹੀ ਨੇ। ਬੇਜ਼ਬਾਨ ਨੇ ਬੋਲ ਤਾਂ ਸਕਦਾ ਕੋਈ ਨਹੀਂ ਕਿ ਜੀ ਮੈਨੂੰ ਫਲਾਣੀ ਜਗ੍ਹਾ 'ਤੇ ਚੋਟ ਲੱਗੀ, ਲੇਕਿਨ ਅਸੀਂ ਹਰ ਜਗ੍ਹਾ ਤੋਂ ਅੱਛੀ ਤਰ੍ਹਾਂ ਇਹਨੂੰ ਚੈੱਕ ਕਰ ਲਿਆ, ਕਿਤੇ ਵੀ ਕੋਈ ਸੱਟ ਨਜ਼ਰ ਨਹੀਂ ਆਉਣ ਡਈ ਦੀ। ਫਿਰ ਕੋਸ਼ਿਸ਼ ਕਰਨੇ ਜੀ ਇਹਨੂੰ ਆਪਣਾ ਉਡਾਉਣ ਦੀ। ਚੱਲ ਵੇ ਸ਼ੇਰਾ, ਉੱਡ ਜਾ, 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 ਓਏ ਉੱਡ ਜਾ ਯਾਰ, ਨਹੀਂ ਉੱਡਣ ਡਿਆ ਤਾਂ। ਅਗਰ ਕਿਸੇ ਕੋਲ ਰਾਏ ਹੈ ਵੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਇਨਸ਼ਾਅੱਲਾ ਵੀਡੀਓ ਕੱਲ੍ਹ ਹੀ ਅਪਲੋਡ ਹੋਏਗੀ, ਅਤੇ ਉਨੀ ਦੇਰ ਤੱਕ ਇਹਨੂੰ ਆਪਣੇ ਕੋਲ ਰੱਖਾਂਗੇ ਜਿੰਨੀ ਦੇਰ ਤੱਕ ਇਹ ਠੀਕ ਨਹੀਂ ਹੋ ਜਾਂਦਾ। ਅਗਰ ਕੋਈ ਪਰਿੰਦੇ ਦਾ ਸ਼ੌਕੀਨ ਦੋਸਤ ਅਗਰ ਵੀਡੀਓ ਵੇਖਣ ਡਿਆ ਤਾਂ ਵੀਡੀਓ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ, ਤਾਂ ਕਿ ਇਸ ਬੇਜ਼ਬਾਨ ਨੂੰ ਜਿਹੜਾ ਨਾ ਰੈਸਕਿਊ ਸਹੀ ਤਰੀਕੇ ਨਾਲ ਅਸੀਂ ਜਿਸ ਤਰ੍ਹਾਂ ਕੀਤਾ ਨਾ ਉਸ ਤਰ੍ਹਾਂ ਇਹਨੂੰ ਠੀਕ ਕਰਕੇ ਤੰਦਰੁਸਤ ਕਰਕੇ ਅਤੇ ਇਹਨੂੰ ਜਨਾਬ ਖੇਤਾਂ ਦੀ ਤਰਫ ਛੱਡ ਦਿੱਤਾ ਜਾਏ, ਆਪਣੀ ਦੁਨੀਆ ਦੇ ਵਿੱਚ ਵਾਪਸ ਚਲਾ ਜਾਏ ਅਤੇ ਖੁਸ਼ ਰਹੇ, ਕਿਉਂਕਿ ਸਾਰੀ ਦੁਨੀਆ ਸਾਰੀ ਮਖਲੂਕ ਰੱਬ ਦੀ ਪੈਦਾ ਕੀਤੀ ਹੈ, ਅਤੇ ਇਹਨਾਂ ਦੇ ਨਾਲ ਪਿਆਰ ਹੀ ਕਰਨਾ ਚਾਹੀਦਾ, ਇਹਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ, ਇਹਨਾਂ ਨੂੰ ਮਾਰਨਾ ਨਹੀਂ ਚਾਹੀਦਾ, ਕਿਉਂਕਿ ਰੱਬ ਨੇ ਇਹਨਾਂ ਨੂੰ ਵੀ ਕਿਸੇ ਮਕਸਦ ਵਾਸਤੇ ਪੈਦਾ ਕੀਤਾ। ਅਤੇ ਚੱਲ ਜੀ, ਤੁਹਾਨੂੰ ਘਰ ਲੈ ਕੇ ਚੱਲਦੇ ਹਾਂ ਅਤੇ ਤੁਹਾਨੂੰ ਪੂਰੀ ਸੇਵਾ ਕਰਾਂਗੇ ਜਿਸ ਤਰ੍ਹਾਂ ਪ੍ਰਾਹੁਣਿਆਂ ਦੀ ਕਰੀਦੀ ਹੈ, ਠੀਕ ਹੈ? ਜਾਣਾ ਜੀ ਮੇਰੇ ਨਾਲ? ਲਓ ਜੀ, ਅਸੀਂ ਇਹਨੂੰ ਹੁਣ ਘਰ ਲੈ ਕੇ ਚੱਲਦੇ, ਠੀਕ ਹੈ।